ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਿਹਾ ਜੀ? ਗਗਨਦੀਪ ਖਾਲਸਾ ਬੋਲ ਰਿਹਾ। ਠੀਕ ਹੈ ਗਗਨਦੀਪ ਸਿੰਘ, ਮੈਂ ਅਟਵਾਲ ਬੋਲ ਰਿਹਾ ਅਮਰੀਕਾ ਤੋਂ। ਜੀ ਜੀ ਮਹਾਰਾਜ, ਹੋਰ ਸੁਣਾਓ, ਕਿੱਦਾਂ? ਠੀਕ ਹੋ ਜੀ? ਕਿਰਪਾ ਮਹਾਰਾਜ। ਠੀਕ ਹੈ। ਮੈਂ ਵੀਡੀਓ ਦੇਖੀ ਸੀ ਤੁਹਾਡੀ, ਜੋ ਹਾਂਜੀ ਤੁਸੀਂ ਗੱਲਾਂ ਬਾਤਾਂ ਕਰ ਰਹੇ ਹੋ, ਮੈਂ ਇੱਕ ਰਿਕਾਰਡਿੰਗ ਦੇਖੀ ਸੀ। ਕੀ ਪ੍ਰੋਬਲਮ ਆ? ਪ੍ਰੋਬਲਮਸ ਕੁਛ ਵੀ ਨਹੀਂ ਸੀਗੀ, ਪ੍ਰੋਬਲਮ ਸਿਰਫ ਇੰਨੀ ਸੀਗੀ ਵੀ ਮੈਂ ਪਹਿਲਾਂ ਬੇਨਤੀ ਕਈ ਵਾਰ ਪਰਮੇਸ਼ਰ ਦਾ ਫੋਨ ਕਰਕੇ ਕੀਤੀ ਸੀ, ਔਰ ਅੱਛਾ, ਕੁਛ ਦਿਨ ਪਹਿਲਾਂ ਅਸੀਂ ਪਰਮੇਸ਼ਰ ਦਾ ਗਏ ਵੀ ਸੀਗੇ, ਤੇ ਓਕੇ, ਕਾਦੇ ਵਾਸਤੇ? ਅਸੀਂ ਸਿਰਫ ਇਸੇ ਵਾਸਤੇ ਗਏ ਸੀ ਕਿ ਜਦੋਂ ਅਸੀਂ ਇੰਨਾ ਚਿਰ ਜਾਂਦੇ ਰਹੇ ਤੇ ਇੱਕ ਵਾਰ ਸਾਡੇ ਨਾਲ ਅੱਛਾ ਗੱਲ ਤੇ ਕਰਦੇ ਸਾਨੂੰ ਦੱਸਦੇ ਤਾਂ ਸਹੀ ਕਿ ਕਾਕਾ ਮੈਂ ਸਟੈਂਡ ਇਸ ਕਰਕੇ ਚੇਂਜ ਕੀਤਾ ਕਿਉਂਕਿ ਨਾ ਜਦੋਂ ਇਹਨਾਂ ਨੇ ਬਦਲਣਾ ਸੀ ਨਾ ਸਿਸਟਮ, ਓਕੇ, ਉਦੋਂ ਅਸੀਂ ਉੱਪਰ ਪ੍ਰਸ਼ਾਦਾ ਛਕਦੇ ਸੀਗੇ, ਉੱਥੇ ਆਪ ਅੱਛਾ ਵੀ ਬੈਠੇ ਸੀਗੇ, ਉਦੋਂ ਇਹਨਾਂ ਨੇ ਇਹ ਗੱਲ ਕਹੀ ਸੀ, ਕਦੇ ਜੋ ਕੁਛ ਮੈਂ ਕਰਨ ਲੱਗਾ ਮੈਨੂੰ ਪਤਾ ਮੇਰੇ ਤੋਂ ਸੰਗਤ ਬਹੁਤ ਟੁੱਟ ਜਾਣੀ ਹੈ, ਪਰ ਹੁਣ ਮੈਨੂੰ ਜੋ ਵੀ ਹੋਇਆ, ਹਾਂਜੀ ਵੀ ਮੈਨੂੰ ਇਹ ਸਾਰਾ ਕੁਛ ਕਰਨਾ ਪੈਣਾ। ਤੇ ਓਕੇ, ਸਾਡੇ ਮਨ ਚ ਇਹੀ ਸੀ ਵੀ ਅਸੀਂ ਇੱਕ ਵਾਰ ਕੋਲ ਬੈਠ ਕੇ ਪੁੱਛਣਾ ਚਾਹੁੰਦੇ ਹਾਂ ਵੀ ਚਲੋ ਹੋ ਸਕਦਾ ਕੀਮਤਾਂ ਅੱਜ ਵਾਲੇ ਪਖੰਡੀਆਂ ਨੂੰ ਕਹਿੰਦੇ ਹੋਣ ਕਿ ਜਿਹੜੇ ਪਖੰਡ ਅੱਜ ਵੀ ਲੋਕ ਕਰੀ ਜਾਂਦੇ ਆ, ਕੀਮਤਾਂ ਉਹਨਾਂ ਨੂੰ ਕਹਿੰਦੇ ਹੋਣ ਕਿ ਸੰਤ ਬਾਰੇ ਉਹ ਨਾ ਕਹਿੰਦੇ ਹੋਣ। ਅਸੀਂ ਬਹੁਤ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਨਹੀਂ ਸੁਣੀ ਕਿਸੇ ਨੇ, ਨਾ ਹੀ ਸਾਡੀ ਗੱਲ ਕਰਾਈ ਤੇ ਨਾ ਹੀ ਸਾਨੂੰ ਉੱਥੇ ਗਿਆਂ ਨੂੰ ਮਿਲੇ। ਫਿਰ ਅਸੀਂ ਇਹ ਵੀਡੀਓ ਪਾਈ ਕਿ 15 ਤਰੀਕ ਤੱਕ ਸਾਨੂੰ ਮੈਨੂੰ ਇਕੱਲੇ ਨੂੰ ਸੱਦ ਲੈਣ, ਮੈਂ ਇਕੱਲਾ ਹੀ ਪਰਮੇਸ਼ਰ ਦਾ ਚੱਲ ਜਾਊਂਗਾ, ਕਿਸੇ ਨੂੰ ਨਾਲ ਨਹੀਂ ਲੈ ਕੇ ਜਾਂਦਾ, ਇੱਕ ਵਾਰੀ ਮੈਨੂੰ ਮਿਲ ਲਓ। ਓਕੇ ਅੱਛਾ, 15 ਤਰੀਕ ਇੱਕ ਤੋਂ ਮਿੰਟ, ਪਹਿਲਾਂ ਸਾਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇੱਕ ਮਿੰਟ ਇੱਕ ਮਿੰਟ, ਹਾਂਜੀ ਹਾਂਜੀ, ਤੁਹਾਡੇ ਕੋਲੇ ਅਥਾਰਟੀ ਕੀ ਆ ਵੀ ਤੁਸੀਂ ਕੀ ਅਥਾਰਟੀ ਆ ਤੁਹਾਡੇ ਕੋਲੇ ਵੀ ਤੁਸੀਂ ਜਾ ਕੇ ਤੁਹਾਨੂੰ ਜਵਾਬ ਦੇਣ ਖਰੇ ਗੱਲ ਦਾ? ਉਹ ਅਸੀਂ ਜਵਾਬ ਤੇ ਮੰਗਿਆ ਹੀ ਨਹੀਂ ਜੀ, ਅੱਜ ਤਾਂ ਸਿਰਫ ਵਿਚਾਰ ਮੈਂ ਹੈ, ਇਹ ਕਹਿੰਦਾ ਵਿਚਾਰ ਕਿਹੜੀ ਗੱਲ? ਨਹੀਂ, ਹਾਂਜੀ, ਅੱਜ ਤਾਂ ਵਧੀਆ ਪੁੱਛਣਾ ਹੀ ਚਾਹੁੰਦੇ ਸੀ ਨਾ ਗੱਲ ਵੀ ਸੁਣੋ। ਤੁਸੀਂ ਸਾਰਿਆਂ ਨੂੰ ਕਹਿੰਦੇ ਹੋ ਜਾਂ ਤੁਸੀਂ ਇਹ ਮੰਨਦੇ ਹੋ ਕਿ ਹਾਂ ਠੀਕ ਹੈ ਜਿੱਦਾਂ ਬਾਬਾ ਈਸ਼ਰ ਸਿੰਘ ਜੀ ਹੋਏ ਆ ਉਹ ਸਹੀ ਸੀ, ਜਾਂ ਤੁਸੀਂ ਸਾਰਿਆਂ ਨੂੰ ਕਹੀ ਜਾਂਦੇ ਹੋ? ਇੱਥੇ ਪੁੱਛਣਾ ਸੀ, ਇਹ ਤਾਂ ਹੱਕ ਅੱਜ ਕੱਲ ਹਰ ਕਿਸੇ ਨੂੰ ਹੈ ਆਪਣੀ ਗੱਲ ਪੁੱਛਣ ਦਾ ਹੱਕ, ਤੇ ਆਪ ਭਾਈ ਸਾਹਿਬ ਕਹਿੰਦੇ ਆ ਵੀ ਸਭ ਨੂੰ ਹੱਕ ਹੈਗਾ ਤੇ ਅਸੀਂ ਕਿਉਂ ਨਹੀਂ ਪੁੱਛ ਸਕਦੇ? ਸਭ ਨੂੰ ਹੱਕ ਹੈਗਾ ਗੱਲ ਕਰਨ ਦਾ, ਹਾਂਜੀ, ਨਾ ਕਿ ਉੱਥੇ ਜਾ ਕੇ ਤੇ ਤੁਸੀਂ ਜਾ ਕੇ ਹਰੇਕ ਬੰਦਾ ਦੁੱਖੀ ਟਿੱਕੀ ਜਾ ਕੇ ਉੱਥੇ ਕੁੱਤਾ ਬਿੱਲਾ ਜਾ ਕੇ ਉਹਨਾਂ ਕੋਲੇ ਬਹਿ ਜਾ ਕਰੇ, ਉਹ ਉਸ ਚੀਜ਼ ਦਾ ਨਹੀਂ, ਉਹ ਇਹ ਗੱਲ ਕਹਿ ਰਿਹਾ ਗੱਲ ਕਹਿਣ ਦਾ, ਤੁਸੀਂ ਆਪਣਾ ਪ੍ਰਚਾਰ ਕਰੀ ਚੱਲੋ। ਤੁਸੀਂ ਕਰੀ ਜਾਂਦੇ, ਅਸੀਂ ਸਿਰਫ ਆਪਦੀ ਗੱਲ ਹੀ ਕਹੀ ਹੈ ਨਾ। ਦੇਖੋ ਉਹਨਾਂ ਨੇ ਸਾਧੂਆਂ ਨੂੰ ਗਲਤ ਕਿਹਾ, ਅਸੀਂ ਇਹ ਗੱਲ ਕਹੀ ਵੀ ਤੁਸੀਂ ਸਾਧੂਆਂ ਨੂੰ ਗਲਤ ਕਹਿੰਦੇ ਹੋ ਪਰ ਸਾਰੇ ਕੰਮ ਤੁਸੀਂ ਆਪ ਵੀ ਤਾਂ ਕਿਹੜੇ ਕਰਦੇ ਹੋ। ਸਾਧੂਆਂ ਨੇ ਗਲਤ ਕਿਹਾ? ਹੈ ਕਿਹੜੇ ਸਾਧੂਆਂ ਨੇ ਗਲਤ ਕਿਹਾ? ਇਹ ਕਹਿੰਦੇ ਨਾ ਮੈਂ ਰਾੜਾ ਸਾਹਿਬ ਚਲ ਗਿਆ, ਮੈਂ ਸਾਧੂਆਂ ਨੂੰ ਰੋਂਦਾ ਰਿਹਾ, ਮੈਂ ਪ੍ਰਭਾਵ ਹੇਠਾਂ ਆ ਗਿਆ ਸੀਗਾ ਤੇ ਇਹ ਹੋ ਗਿਆ ਉਹ ਹੋ ਗਿਆ, ਤੇ ਜਾਂ ਫਿਰ ਇੱਦਾਂ ਕਹਿਣ ਸਟੇਜ ਤੇ ਵੀ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਨੇ ਪਕੜ ਲਈ ਸੀ। ਇੱਕ ਮਿੰਟ, ਹਾਂਜੀ ਮੈਨੂੰ ਇੱਦਾਂ ਦੱਸੋ, ਹਾਂਜੀ ਤੁਸੀਂ 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 ਕਿਹੜਾ ਉੱਥੇ ਰਾੜਾ ਸਾਹਿਬ ਜਾਂ ਕਿੱਥੇ ਰਹਿ ਕੇ ਆਏ ਤੁਸੀਂ ਜਾ ਕੇ? ਮੈਂ ਕਹਿੰਦਾ ਮੈਂ ਕੱਪੜੇ ਸੀਨੇ ਉੱਠ ਕੇ ਆ ਗਏ ਤੁਸੀਂ ਬਾਬਾ। ਇੱਕ ਮਿੰਟ, ਮੈਂ ਤਾਂ ਨੋਰਮਲ ਪਰਸਨ ਆ, ਮੈਂ ਦਿਹਾੜੀਦਾਰ ਬੰਦਾ, ਮੈਂ ਤਾਂ ਨੋਰਮਲ ਪਰਸਨ ਆ, ਨੋਰਮਲ ਪਰਸਨ ਨੂੰ ਹੱਥ ਨਹੀਂ ਗੱਲ ਕਹਿਣ ਦਾ। ਮੈਂ ਤੈਨੂੰ ਇਹ ਗੱਲ ਹੈਗਾ ਹੱਕ, ਤੂੰ ਤੂੰ ਆ ਪਖੰਡ ਕਾਹਦੋਂ ਕਰੀ ਜਾਣਾ ਵਿੱਚ ਬੈਠਾ? ਕਾਹਦਾ? ਆ ਪਹਿਲਾਂ ਛਿੱਤਰ ਖਾ ਗਿਆ ਤੂੰ 13 GB ਦੇ ਵਿੱਚੋਂ, ਕੀ ਕੀਤਾ ਸੀ ਉੱਥੇ? ਉੱਥੋਂ ਦੀ ਅਸਲੀਅਤ ਤੁਹਾਨੂੰ ਸਾਰੀ ਪਤਾ, ਤੁਸੀਂ ਕੀ ਕੀਤਾ ਸੀ ਸਾਡੇ ਕੋਲ? ਅੱਛਾ, ਜੇ ਅਸੀਂ ਕੁਝ ਕੀਤਾ ਸੀ, ਜੇ ਅਸੀਂ ਕੁਝ ਕੀਤਾ ਸੀ, ਸੁਣ, ਹਾਂ, ਉਸ ਤੋਂ ਬਾਅਦ ਜੁੱਤੀ ਗਏ ਤੁਸੀਂ, ਜੁੱਤੀ ਤੋਂ ਤਾਂ ਜੁੱਤੀਆਂ ਖਾ ਕੇ ਆਏ ਤੁਸੀਂ? ਕਿਹੜੇ ਖਾਧੀਆਂ ਦੱਸੋ?
ਤੁਹਾਨੂੰ ਸਾਰੀ ਅਸੀਂ ਖੁਦ ਨੂੰ ਪਤਾ ਹੈ, ਤੁਸੀਂ ਪੁਲਿਸ ਨੂੰ ਪੈਸੇ ਦੇ ਕੇ ਬਹੁਤ ਕੁਛ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਸਤਿਗੁਰ ਨੇ ਮੇਰੀ ਇੱਡੀ ਲਾਜ ਰੱਖੀ, 100 ਬੰਦਾ ਤੁਹਾਡਾ ਗਿਆ ਸੀ ਮੈਨੂੰ ਹੱਥ ਨਹੀਂ ਲਾ ਸਕਿਆ, ਇੱਕ ਵੀ ਬੰਦਾ ਕਹਿ ਦੇਵੇ ਗਗਨਦੀਪ ਦੇ ਹੱਥ ਲੱਗਿਆ ਸੀ, ਅਜੇ ਤੱਕ ਪਿੱਟਦੇ ਆ ਕੰਧੇ, ਅਸੀਂ 100 ਬੰਦਾ ਗਏ ਤੇ ਬਾਬੇ ਨੂੰ ਹੱਥ ਨਹੀਂ ਲਾ ਸਕੇ। ਦੂਜੀ ਗੱਲ, ਜੱਜ ਨੇ ਗੱਲ ਕਹਿਤੀ, ਕਹਿੰਦਾ ਯਾਰ ਸਾਰੇ ਬੰਦੇ ਝੂਠੇ ਆ ਤੇ ਸਾਨੂੰ ਨਾਲ ਦੀ ਨਾਲ ਬਰੀ ਕੀਤਾ, ਜੇ ਮੈਂ ਗਲਤ ਸੀ ਤੇ ਮੈਂ ਅੰਦਰ ਕਿਉਂ ਨਹੀਂ ਰਿਹਾ, ਫਿਰ ਮੈਨੂੰ ਜੇਲ੍ਹ 'ਚ ਜੱਜ ਨੇ ਸਜ਼ਾ ਕਿਉਂ ਨਹੀਂ ਸੁਣਾਈ, ਜੱਜ ਨੂੰ ਮੈਂ ਖਰੀਦਤਾ ਨਹੀਂ ਲਿਆ, ਤੁਸੀਂ ਖਰੀਦੇ ਸੀ ਨਹੀਂ ਕਿੱਥੇ। ਤੇਰਾ ਜੀ ਵੀ ਜਿਹੜਾ ਕੋਈ ਬੰਦਾ ਹੋਵੇ ਨਾ ਬੰਦਾ, ਹਾਂ ਉਹਦੇ ਵਾਸਤੇ ਕਿਸੇ ਨੂੰ ਕੁਛ ਕੁ ਬੰਦਾ ਕਰਦਾ, ਤੂੰ ਤੋਂ ਤੇਰੀ ਬੰਦਿਆਂ 'ਚ ਲਿਸਟ ਹੈਗੀ, ਤੇ ਬੰਦਿਆਂ 'ਚ ਤੂੰ ਗਿਣਿਆ ਜਾਂਦਾ ਬੰਦਾ, ਗੱਲ ਚੱਲਦੀ ਸੀ ਨਾ ਉਹ ਪੂਰੀ ਕਰੋ, ਹੁਣ ਦੂਜੀ ਨਾ ਚਲਾਓ, ਮੈਂ ਤੁਹਾਨੂੰ ਬੰਦਾ ਗਿਣਦਾ ਸੀ, ਮੈਂ ਤੁਸੀਂ ਗੱਲ ਪੂਰੀ ਚਲਾਓ ਹੁਣ। ਤੇਰਾ ਜੀ ਵੀ ਜੇ ਤੁਸੀਂ ਮੇਰੇ ਤੇ ਕੇਸ ਆਤੰਕਵਾਦੀ ਦੇ ਪਾਏ ਸੀ, ਸਮਗਲਰ ਦੇ ਪਾਏ ਸੀ, ਹੋਰ ਬੜੇ ਕੇਸ ਪਾਏ ਸੀ, ਮੈਨੂੰ ਸਜ਼ਾ ਕਿਉਂ ਨਹੀਂ ਹੋਈ, ਮੈਨੂੰ ਜੱਜ ਨੇ ਅੰਦਰ ਕਿਉਂ ਨਹੀਂ ਰੱਖਿਆ, ਇਹ ਕਿਉਂ ਨਹੀਂ ਕਿਹਾ ਜੀ ਬਾਬੇ ਗਲਤਾਂ ਦੇ ਚੱਕ ਅੰਦਰ ਕਰੋ, ਤੁਸੀਂ ਪੈਸੇ ਦੇ ਕੇ ਲੁਧਿਆਣੇ ਦੇ DSP ਨੂੰ ਫੋਨ ਕਰਾ ਕਰਾ ਕੇ ਇੰਨਾ ਕੁਛ ਕੀਤਾ, ਕਿਹੜੇ ਕੰਜਰ ਨੇ ਉਹ ਮੇਰੀ ਗੱਲ ਸੁਣ, ਤੁਸੀਂ ਆਪ ਹੀ ਦੇਖਿਆ, ਮੈਨੂੰ ਸੇਵਾ ਦਾ ਫੋਨ ਆਇਆ, ਕਹਿੰਦੇ ਉਹ ਕਹਿੰਦੇ ਮੈਂ ਜਦੋਂ ਪਹਿਲਾਂ ਕੰਮ ਕੀਤਾ ਸੀ ਉਹ ਫੇਰ ਕਰੂੰਗਾ, ਤੇ ਹੁਣ ਤੁਸੀਂ ਕਰਕੇ ਵੇਖ ਲਓ, ਫਿਰ ਤੁਹਾਡੀਆਂ ਧਮਕੀਆਂ ਜਿਹੜੀਆਂ ਨੇ ਨਾ ਇਹ ਹੁਣ ਨਹੀਂ ਚੱਲੀਆਂ, ਡੈਮੋਕ੍ਰੇਸੀ ਤੁਸੀਂ ਆਪ ਚੀਕਾਂ ਮਾਰਦੇ, ਡੈਮੋਕ੍ਰੇਸੀ ਡੈਮੋਕ੍ਰੇਸੀ, ਤੇ ਤੁਹਾਡੇ ਵੱਲੋਂ ਡੈਮੋਕ੍ਰੇਸੀ ਕਿੱਥੇ ਗਈ? ਮੇਰੀ ਮੇਰੀ ਗਗਨ ਇੱਕ ਗੱਲ ਸੁਣ ਲਾ, ਹਾਂ ਸੁਣਾ ਇੱਕ ਗੱਲ, ਬੰਦੇ ਦਾ ਪੁੱਤ ਬਣ ਕੇ ਇੱਕ ਗੱਲ ਸੁਣ ਲਾ, ਸੁਣਾ ਅਮ ਕਹੀ ਮੈਂ ਤੈਨੂੰ ਸਾਫ਼ ਇੱਕ ਮੈਂ ਤੈਨੂੰ ਸਾਫ਼ ਇੱਕ ਗੱਲ ਕਈ ਗੱਲ ਕਹਿੰਦਾ, ਬਕਵਾਸ ਕਰਨਾ ਕਰਦੇ ਬੰਦ, ਅੱਛਾ ਤੇ ਨਹੀਂ 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 ਤਾਂ ਆਪਣਾ ਆਪ ਹਿਸਾਬ ਲਾ ਲਈ, ਫਿਰ ਤੂੰ ਭਾਜੀ ਸਾਹਿਬ ਨੂੰ ਕਹਿ ਵੀ ਉਹ ਵੀ ਆਪਦੀ ਬਕਵਾਸ ਬੰਦ ਕਰ ਲਵੇ, ਨਹੀਂ ਤਾਂ ਬਹਿ ਕੇ ਵਿਚਾਰ ਕਰੇ। ਕਹਿੰਦਾ ਤੇਰੇ ਮੈਂ ਕਹਿੰਦਾ ਕੁੱਤਿਆ ਤੇਰਾ ਇੱਥੇ ਖਾਲਸਾ ਕਾਲਜ ਜਵਾਨ ਲਵਾਊਂਗਾ, ਮੈਂ ਹੋਰ ਦੱਸ ਦੂੰਗਾ, ਤੂੰ ਰੋਕ ਕੇ ਦਿਖਾਈ, ਲਾ ਲਾ ਲਵੇ ਤਾਂ ਅਸੀਂ ਕਿਹੜਾ ਮਨਾ ਕੀਤਾ, ਪਹਿਲਾਂ ਵੀ ਲਾ ਕੇ ਗਿਆ, ਇੱਥੇ ਕੁਛ ਨਹੀਂ ਕਹਿੰਦੇ ਉਹ ਸਵੇਰੇ ਫਿਰ ਲਾਵੇ, ਕਿੰਨੇ ਤੁਸੀਂ ਆਨੇ ਚੁੱਪ ਕਰ ਜਾ ਮਾਰਦਾ ਨੇ ਕੁੱਟ ਦਾ, ਤੁਹਾਨੂੰ ਫਿਕਰ ਕੀ ਪੈ ਗਿਆ, ਮੇਰੀ ਔਕਾਤ ਹੀ ਕੁਛ ਨੀ, ਡਰੀ ਕਿਵੇਂ ਮੈਂ, ਤੁਸੀਂ ਪੈਰਾਂ ਦੇ ਛੁੱਪੀ ਦੋ, ਨਹੀਂ ਤੂੰ ਕੰਮ ਹੀ ਜੁੱਤੀ ਤੁਸੀਂ ਚੁੱਪ ਨੀ ਕਰਦਾ ਹੁਣ, ਇਹ ਤਾਂ ਬੋਲੂ ਕਿਸੇ ਦਾ, ਮੈਂ ਕਹਿੰਦਾ ਚੁੱਪ ਕਰਾਉਣਾ ਵੀ ਆਉਂਦਾ ਆ ਤੈਨੂੰ, ਬੰਦੇ ਦਾ ਪੁੱਤ ਬਣਾਉਣਾ ਬਣਾ ਲਓ, ਜੋ ਕੁਛ ਧਰਤ ਹੁੰਦਾ ਹੁਣ ਕਰ ਲਓ, ਇਹ ਗਗਨਦੀਪ ਤਾਂ ਏਦਾਂ ਹੀ ਬੋਲੂਗਾ, ਇਹ ਬਹੁਤੀ ਗੱਲ ਤੁਸੀਂ ਮਾਰ ਹੀ ਦਓਗੇ, ਇਹਦੇ ਉੱਤੇ ਕੁਛ ਨੀ ਕਰ ਸਕਦੇ, ਮਾਰ ਦੋਗੇ ਨਾ ਤੁਸੀਂ, ਮਾਰ ਦੋ ਯਾਰ ਜਾ ਗੱਲ ਖਤਮ, ਚੱਲ ਨਸ਼ਾ ਕਰਦਾ ਕੁਛ ਵੀ ਤੁਸੀਂ ਜਾਣ ਲਾਇਓ ਸੀ, ਉਦੋਂ ਵੀ ਕਿਹਾ ਸੀ ਚੈੱਕਅਪ ਕਰਾਉਣਾ, ਅੱਜ ਵੀ ਕਰਾਉਣਾ, ਤੇਰੇ ਭਾਈ ਸਾਹਿਬ ਕਿਉਂ ਨੀ ਕਰਾਉਂਦਾ ਚੈੱਕਅਪ, ਉਹ ਤੋਂ ਚੀਕਾਂ ਮਾਰਦਾ ਫਿਰਦਾ ਹੁਣ, ਮੈਂ ਤੈਨੂੰ ਇੱਕ ਗੱਲ ਕਹਿੰਦਾ ਆ, ਬੰਦੇ ਦਾ ਪੁੱਤ ਬਣ ਜਾ, ਮੈਂ ਤੈਨੂੰ ਵਾਰ ਵਾਰ ਕਹੀ ਜਾਂਦਾ ਇਹ ਗੱਲ, ਬੰਦੇ ਦਾ ਪੁੱਤ ਬਣ ਜਾ, ਮੈਂ ਤਾਂ ਬੰਦੇ ਦਾ ਹੀ ਆ, ਕਿਸੇ ਨੇ ਇੱਕ ਮਿੰਟ, ਕਿਸੇ ਨੇ ਤੇਰੇ ਨੇੜੇ ਨੀ ਆਉਣਾ ਜਿਹਨਾਂ ਦੇ ਸਿਰ ਤੇ ਛਾਲਾ ਮਾਰਦਾ ਅੱਜ ਤੂੰ, ਕੀ ਕਰੋਗੇ, ਗੋਲੀ ਮਾਰ ਦੋਗੇ, ਮਾਰ ਲਓ ਯਾਰ, ਬੁੱਧ ਮਾਰੀ ਜਾਊਂਗਾ, ਹੋਰ ਕਿਉਂ ਪ੍ਰਸ਼ਾਦ ਤਾਂ ਕਹੂੰਗਾ ਹੁਣ, ਚਲੋ ਫਿਰ ਠੀਕ ਆ, ਹੋਰ ਤਿਆਰ ਰਹੀ ਸਰ, ਮੈਂ ਤਿਆਰ ਹੀ ਆ, ਜੇ ਤੁਸੀਂ ਧਮਕੇ ਦਿੰਦੇ ਹੋ ਨਾ ਇਹ ਧਮਕੀਆਂ ਆਪਦੀਆਂ ਕਿਸੇ ਨੂੰ ਦਿਓ, ਬਹੁਤੀ ਗੱਲ ਗੋਲੀ ਮਾਰ ਦੋ, ਫਿਰ ਤੁਸੀਂ ਸਟੇਜਾਂ ਤੇ ਰੋਂਦੇ ਹੋ, ਹਾਏ ਸਾਡਾ ਬੰਦਾ ਮਾਰਤਾ, ਹਾਏ ਸਾਡਾ ਬੰਦਾ ਮਾਰਤਾ, ਤੁਸੀਂ ਗੁੰਡਾਗਰਦੀ ਨੀ ਕਰੀ ਜਾਂਦੇ, ਚੁੱਪ ਕਰ, ਡੈਮੋਕ੍ਰੇਸੀ ਟਾਈਮ ਮਾਰਨ ਦੀ ਗੱਲ ਕਰਦਾ ਯਾਰ,
ਗਗਨ ਹਾਂ ਗਗਨ ਤੂੰ ਨਾ ਆਹ ਬਾਬਾ ਪੁਣਾ ਆਪਣਾ ਕੋਲੇ ਰੱਖ, ਤੇ ਬਾਬਾ ਪੁਣਾ ਕੋਲੇ ਆ ਤੇ ਭਾਈ ਸਾਹਿਬ ਨੂੰ ਕਹਿਣ ਭਾਈ ਬਣੇ, ਉਹ ਹੇਠਾਂ ਚਾਦਰਾਂ ਵੇਚਦੀਆਂ, ਹੇਠਾਂ ਤੋਲੀਏ ਵੇਚਦੇ ਆ, ਉਦੋਂ ਕਿਉਂ ਨੀ ਬੋਲਦੇ ਯਾਰ? ਤੁਸੀਂ ਲੋਕਾਂ ਨੂੰ ਬੋਲਦੇ ਹੋ ਤੇ ਭਾਈ ਸਾਹਿਬ ਨੂੰ ਸਮਝਾਓ ਨਾ ਵੀ ਤੂੰ ਗੱਲ ਕਲੀਅਰ ਕਿਉਂ ਨੀ ਕਰਦੇ, ਘੈਂਟ ਦੀ ਘਰ ਵਾਲੀ ਗੱਲ ਕਲੀਅਰ ਕਿਉਂ ਨੀ ਕਰਦੇ? ਯਾਰ ਮੈਂ ਆਪ ਪੁੱਛਣਾ ਤੇਰਾ ਕੀ ਤੇਰੀ ਉਹ ਵੀ ਕਿਉਂ ਦੁੱਖਦੀ ਹੈ? ਦੂਜਿਆਂ ਨੂੰ ਪੁਜਾਰੀ ਬਾਦ ਕਿੱਦਾਂ ਆਖਦੇ ਜੇ ਤੁਸੀਂ ਆਪ ਕਰਦੇ ਹੋ? ਤੇ ਤਾਲੀ ਜੀ ਬਣਿਆ ਕਮਰਾ ਕੇ ਬਾਬਾ ਦੀਪ ਸਿੰਘ ਜੀ ਬੈਠੇ ਆ ਬੈਡ ਤੇ, ਏਦਾਂ ਕਿੱਦਾਂ ਬਾਬਾ ਦੀਪ ਸਿੰਘ ਜੀ ਬੈਡ ਤੇ ਬੈਠੇ ਆ? ਲੱਖ ਹੋਊਗਾ ਪਰ ਤੁਸੀਂ ਡਰੇ ਕਿਉਂ ਫਿਰਦੇ? ਮਾਰੋ ਨਾ ਮਾਰਦੇ ਯਾਰ, ਤੁਸੀਂ ਸਵੇਰੇ ਆ ਕੇ ਮਾਰਦੇ ਬੰਦੇ ਤੈਨੂੰ ਕੁੱਟਾਂ ਮਾਰਾਂਗੇ? ਮੈਂ ਦੱਸਣ ਵਾਸਤੇ ਫੋਨ ਕੀਤਾ ਵੀ ਬਕਵਾਸ ਕਰਨਾ ਬੰਦ ਕਰ ਦੇ, ਨਹੀਂ ਤਾਂ ਕੀ ਹੋਊਗਾ? ਭੇਜ ਬਾਬੇ ਦੀਪ ਸਿੰਘ ਪਹਿਰਾ ਲੱਗਾ ਆ ਪਖੰਡ ਦੇ ਐਲਾਨ, ਉਹ ਵੀ ਅੱਜ ਮੈਂ ਦੱਸੂਗਾ। ਤੂੰ ਜੋ ਬੋਲਣਾ ਬੋਲ, ਕੋਈ ਗੱਲ ਦੇਖਦੇ, ਮੈਂ ਸਾਰੀ ਅਸਲੀਅਤ ਦੱਸੂਗਾ। ਤੂੰ ਕਰਨਾ ਨਹੀਂ ਕਰਿਆ, ਤੂੰ ਤੇਲ ਬੰਦੇ ਨੇ ਭੇਜਣੇ ਦੇਖੀ ਜਾਊ। ਮੈਂ ਕਹਿੰਦਾ ਚੱਲ ਤੂੰ ਪਾ ਲਾ ਸ਼ਾਮ ਨੂੰ ਵੀਡੀਓ, ਚੱਲ ਠੀਕ ਆ, ਓਕੇ ਬਸ ਠੀਕ ਗੱਲ ਕਰੋ, ਅਸੀਂ ਆਪਦੀ ਗੱਲ ਕਰਦੇ ਹਾਂ, ਤੂੰ ਆਪਦੀ ਕਰੋ ਤੇ ਤੂੰ ਮਾਰ ਲਾ ਮਾਰ ਲੋ ਗੱਲ ਕਰੋ ਬਾਤ। ਚੱਲ ਪਾ ਤੂੰ ਤੂੰ ਬੋਲਣਾ, ਬੰਦੇ ਦਾ ਪੁੱਤ ਬਣ ਜਾ, ਇਹ ਕਰ ਲਾ ਵੋ ਕਰ ਲਾ, ਤੁਹਾਨੂੰ ਟੈਨਸ਼ਨ ਕੀ ਪੈ ਗਈ ਯਾਰ ਬੈਠੇ ਬਿਠਾ ਨੂੰ ਵਿਹਲਿਆਂ ਨੂੰ? ਸਾਰਾ ਕੁਛ ਕਰਦਾ, ਅੰਦਰ ਮੱਥੇ ਟੇਕਦੇ, ਸਾਰਾ ਕੁਛ ਹੋ ਰਿਹਾ। ਮੇਰੇ ਕੋਲ ਅੰਦਰ ਦੀਆਂ ਫੋਟੋਆਂ ਪਈਆਂ, ਸਿੰਘ ਨੇ ਸਭ ਕੁਛ ਕੱਲਿਆ ਹੋਇਆ, ਸਾਰੀ ਚੀਜ਼ਾਂ ਦੀ ਫੋਟੋ ਪਈਆਂ, ਜਿੱਥੇ ਤੇ ਫੋਟੋ ਸਰੂਪ ਮਾਰ ਕੇ ਲੱਗੇ ਨਾ, ਸਭ ਮੇਰੇ ਕੋਲ ਪਿਆ ਤੇ ਮੈਂ ਇੱਥੇ ਕਰਕੇ ਖੋਲੂਗਾ। ਨਹੀਂ ਮੈਂ ਮੈਂ ਹੁਣੇ ਤੇਰੇ ਨੰਬਰ ਤੇ ਵਟਸਐਪ ਤੇ ਭੇਜ ਦਿੰਦਾ, ਬੋਲ ਤੂੰ ਸੁਣ ਕੇ ਦੇਖੋ ਕੀ ਕਹਿੰਦੇ ਆ। ਜਿਹੜੀ ਤੂੰ ਗੱਲ ਕਹੀ ਨਾ, ਮੂੰਹ ਨੀ ਲਾਉਂਦੇ ਸੀ, ਮੈਂ ਰਿਕਾਰਡਿੰਗ ਪਾ ਦੇਣਾ, ਉਹਨੇ ਬਾਬਾ ਕਰਮ ਸਿੰਘ ਦਾ ਹਵਾਲਾ ਦਿੱਤਾ ਤੇ ਹਸਪੀਟਲ 'ਚ ਭਰਤੀ ਸੀ, ਮੈਨੂੰ ਵੀ ਨੀ ਲੱਗਣ ਦਿੰਦੇ ਸੀ ਲਾ ਕੇ, ਕਹਿੰਦਾ ਵੀ ਤੇਰਾ ਮੇਰਾ ਪਿਆਰ ਅੰਦਰੋਂ ਹੈਗਾ, ਟਾਈਮ ਆਊਗਾ ਆਪੇ ਇੱਕ ਹੋਵਾਂਗੇ। ਤੇਰਾ ਕੀ ਲੈਣਾ ਦਾ ਬਾਬੇ ਕਰਮ ਸਿੰਘ ਨਾਲ? ਕਿਹੜਾ ਤੇਰਾ ਕੀ ਲੈਣਾ ਦੇਣਾ, ਤੂੰ ਮੈਨੂੰ ਦੱਸ ਪਹਿਲਾਂ। ਹੈਗਾ ਸਾਡਾ ਉਹ ਸਾਧੂ ਸੀ, ਸਾਧੂ ਨਾਲ ਸਾਡਾ ਰਹਿਣਾ ਵਾਲਾ ਹੈਗਾ।
ਕੋਈ ਗੱਲ ਨੀ, ਫਿਰ ਸਾਧੂ ਸੀ ਨਾ, ਸਾਧੂ ਨੂੰ ਸਾਧੂ ਨੂੰ ਸਰਕਾਰ ਹੀ ਕਰਦੇ ਆ, ਪਖੰਡੀ ਕੰਜਰ ਕੱਠੇ ਕਰਦੇ ਹਨ। ਕਰਮ ਸਿੰਘ ਰਾਹੜਾ ਸਾਹਿਬ ਵਾਲਿਆਂ ਨੂੰ ਸਾਧੂ ਮੰਨਦਾ ਤੇ ਬਾਕੀਆਂ ਨੂੰ ਪਖੰਡੀ ਮੰਨਦਾ, ਕਹਿਣ ਨਾਲ ਕਹਿੰਦੇ ਕਿਉਂ ਨੀ ਯਾਰ, ਕਹਿਣ ਸਾਨੂੰ ਪਤਾ ਲੱਗੇ ਦੂਜੇ ਮੂੰਹ ਚ। ਤੂੰ ਰਹਿਣ ਦੇ ਯਾਰ, ਜਾਂ ਕੰਮ ਕਰ ਤੂੰ ਜਾ ਕੇ ਆਪਣਾ। ਮੈਂ ਤਾਂ ਤੈਨੂੰ ਕਿਹਾ ਨੀ ਫੋਨ, ਤਾਂ ਤੂੰ ਕੀਤਾ ਜਦੋਂ ਅਮਰੀਕਾ ਤੋਂ ਯਾਰ, ਮੈਂ ਵੀ ਤੈਨੂੰ ਕੁਛ ਕਿਹਾ ਹੀ ਨੀ, ਤੂੰ ਆਪ ਫੋਨ ਕਰ ਗਿਆ, ਆਪ ਹੀ ਤੂੰ ਲੋਹਾ ਲੱਖਾ ਹੋ ਗਿਆ। ਮੈਂ ਤਾਂ ਕਹਿੰਦਾ ਮੈਂ ਮੇਰੀ ਗੱਲ ਕਰੀ ਜਾਂਦਾ ਤੇ ਕਰਨ ਦਿਓ ਤੁਸੀਂ ਆਪਾਂ, ਟੈਨਸ਼ਨ ਕੀ ਹੈ, ਤੇ ਡਰ ਕੀ ਪੈ, ਤੁਹਾਨੂੰ ਡਰ ਕੀ ਪੈ ਗਿਆ ਇਸ ਗੱਲ ਦਾ, ਤੁਸੀਂ ਧਮਕੀਆਂ ਬੰਨੇ ਤੈਨੂੰ ਮਾਰਦੇ ਤੇ ਮਾਰ ਗਏ ਯਾਰ, ਤੂੰ ਮਾਰ ਗਏ ਕੀ ਹੋਜੂਗਾ, ਮਰ ਜਾਂਗੇ ਤੇ ਫਿਰ ਇੱਥੇ ਕਿਹੜਾ ਦੁਨੀਆਂ ਘੱਟ ਜੂਗੀ, ਭੁਪਿੰਦਰ ਸਿੰਘ ਮਰ ਗਿਆ ਦੁਨੀਆਂ ਘੱਟ ਗਈ ਤੇ ਮੈਂ ਮਰ ਗਿਆ ਕਿਹੜਾ ਘੱਟ ਜੂਗੀ ਸਰ। ਗਗਨਦੀਪ ਤੇਰਾ ਜੀ ਵੀ ਛੱਡ ਦੇ ਤੇ ਤੂੰ ਢੱਡ ਰਿਹਾ ਚੱਲ ਜਾ, ਮੈਂ ਢੱਡ ਰਿਹਾ ਰਿਹਾ ਦੋ ਦਿਨ, ਫਿਰ ਭਾਈ ਸਾਹਿਬ ਨੂੰ ਮੈਂ ਕਿਹਾ ਮੈਂ ਇੱਥੇ ਨੀ ਰਹਿਣਾ ਤੇ ਤੇਰਾ ਭਾਈ ਸਾਹਿਬ ਕਹਿੰਦਾ ਮੈਨੂੰ ਡਰ ਮਾਰੇ ਕਹਿੰਦੇ ਤੈਨੂੰ ਕਿਤੇ ਰਹਿਣ ਦਿੰਦੇ ਆ, ਤੂੰ ਯੂਪੀ ਜਾ, ਯੂਪੀ ਤੋਂ ਫਿਰ ਭਾਈ ਸਾਹਿਬ ਦਾ ਫੋਨ ਆਇਆ ਵੀ ਮਹੀਨੇ ਬਾਅਦ ਤੂੰ ਆਣ ਸਾਹਿਬ, ਤੇਰਾ ਖਰਚਾ ਬਹੁਤ ਹੁੰਦਾ ਤੇ ਤੂੰ ਕਿਤੇ ਪੰਜਾਬ ਚ ਸੈਟ ਹੋ ਜਾ, ਫਿਰ ਮੈਂ ਆਪ ਗੱਲਾਂ ਨੂੰ ਸੈਟ, ਗੱਲਾਂ ਬਹੁਤ ਹੈਗੀਆਂ ਰਹਿਣ ਦੇ ਢੱਗਿਆ ਰਹਿਣ ਦੇ। ਗੋਲੀਬਾਰੀ ਸੀ ਮਾਰ ਲਿਆ, ਹਜੇ ਬਹੁਤ ਕੁਛ ਕਹਿਣਾ ਮੈਂ, ਜਿਹੜਾ ਇਹ ਕਹਿ ਤੁਸੀਂ ਅੰਤਾਰਨ ਜੀ ਵੀ ਕਮਰਾ ਬਣਾ ਕੇ ਆਉਂਦੇ ਹੋ ਨਾ ਵੀ ਇੱਥੇ ਬਾਬਾ ਜੀ ਬੰਦੇ ਕੋਈ ਬਹੁਗਾ ਨੀ, ਮੈਂ ਪੁੱਛਿਆ ਕਿਉਂ ਤੇ ਮੈਨੂੰ ਹਰਨੇਕ ਸਿੰਘ ਆਉਂਦਾ, ਇੱਥੇ ਬਾਬਾ ਦੀਪ ਸਿੰਘ ਨੇ ਪਹਿਰਾ ਲੱਗਾ ਤੇ ਸਵੇਰੇ ਸ਼ਾਮ ਮੱਥਾ ਟੇਕਦੇ ਆ, ਇਹ ਪਖਾਨੇ ਨੀ ਗਾ, ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਯਾਰ, ਉੱਥੇ ਬਾਬਾ ਦੀਪ ਸਿੰਘ ਕਿੱਦਾਂ ਬਹਿ ਕੇ ਜਾ ਕੇ, ਔਰ ਜਿੱਦਾਂ ਭਾਈ ਸਾਹਿਬ ਆਉਂਦਾ ਬਾਬਾ ਦੀਪ ਸਿੰਘ ਕਮਰੇ ਚੋਂ ਬਾਹਰ ਆ ਜਾਂਦਾ ਫਿਰ। ਬਾਬਾ ਦੀਪ ਸਿੰਘ ਜੀ ਰਹਿੰਦੇ ਆ ਤੇ ਸਵੇਰੇ ਸ਼ਾਮ ਅਸੀਂ ਮੱਥਾ ਟੇਕਦੇ ਆ ਤੇ ਸਫਾਈ ਕਰਦੇ ਆ, ਉਹ ਬੈਡ ਤੇ ਬਹਿੰਦਾ ਹੁਣ ਕਿਉਂ ਨੀ ਬਹਿੰਦੇ, ਅਖੇ ਜੀ ਇੱਥੇ ਭਾਈ ਸਾਹਿਬ ਬਹਿੰਦੇ ਆ ਤੇ ਬਾਬਾ ਦੀਪ ਸਿੰਘ ਜੀ ਹੈਗੇ ਆ, ਇਹ ਮੈਨੂੰ ਆਪ ਹਰਨੇਕ ਸਿੰਘ ਨੇ ਆਖੀ ਹੈ, ਨਹੀਂ ਆਖੀ ਤਾਂ ਕਵੇ ਮੇਰੀ ਗੱਲ ਸੁਣ। ਹਾਂ ਸੁਣਾ। ਆਪਣੇ ਕੋਲੋਂ ਬਣਾ ਕੇ ਐਵੇਂ ਪਕਾਈ ਨਾ ਮਾਰੀ ਜਾ, ਜਿਹੜੀ ਗੱਲ ਮੈਂ ਪ੍ਰੂਫ ਨਾਲ ਕਹੀ ਚਲਾ ਰਿਹਾ, ਦੱਸੋ ਵੀ ਉਸ ਬੈਡ ਤੇ ਹੋਰ ਕੋਈ ਸੌਂਦਾ ਜਾ ਕੇ, ਉਸ ਬੈਡ ਤੇ ਬਹਿੰਦਾ ਕੋਈ ਕਮਰੇ ਚ, ਦਿੱਲੀ ਵਾਲੇ ਚ ਦਿੱਲੀ ਵੀ ਬਣਿਆ ਉੱਥੇ ਕੋਈ ਬਹਿੰਦਾ ਜਾ ਕੇ ਬੈਡ ਤੇ? ਹਾਂ ਨਹੀਂ, ਇੱਕ ਮਿੰਟ, ਤੂੰ ਇੱਦਾਂ ਕਰ, ਮੈਨੂੰ ਮੈਨੂੰ ਭੇਜ ਦੇ ਪ੍ਰੂਫ, ਲਿਆ ਮੈਨੂੰ ਭੇਜ ਦੇ, ਇੱਧਰ ਤੋਂ ਪ੍ਰੂਫ ਆ ਕੇ ਲਿਆ ਭੇਜ, ਤੈਨੂੰ ਕਿੱਦਾਂ ਭੇਜਾਂ ਮੈਂ ਫੇਸਬੁੱਕ ਤੇ ਪਾਉਂਦਾ, ਦੂਰ ਸਾਰੀ ਪਬਲਿਕ ਨੂੰ ਭੇਜ ਦੂੰਗਾ ਯਾਰ, ਕਮਾਲ ਹੋ ਗਈ। ਹਰੇਕ ਸਿੰਘ ਨੂੰ ਆਪ ਕਿਹਾ ਵੀ ਇੱਥੇ ਬਾਬਾ ਦੀਪ ਸਿੰਘ ਜੀ ਬੈਠੇ ਆ, ਤੂੰ ਲੋਕਾਂ ਨੂੰ ਬੁੱਧੂ ਬਣਾਉਂਦੇ ਆ, ਉਹਨੇ ਇਹ ਵੀ ਕਿਹਾ ਕਹਿੰਦਾ ਜਦੋਂ ਬਾਬਾ ਜੀ ਤੁਰਦੇ ਆ ਨਾਲ ਬਾਬਾ ਦੀਪ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਛੋਟੇ ਸਾਹਿਬਜ਼ਾਦੇ ਤੇ ਬਾਬਾ ਜੀ ਦੇ ਨਾਲ ਨਾਲ ਤੁਰਦੇ, ਫਤੂ ਲਾਂਤ ਤੁਹਾਡੇ ਯਾਰ, ਕੀ ਤੂੰ ਲੋਕਾਂ ਨੂੰ ਸਿਖਾਉਂਦੇ ਆ? ਮੈਂ ਹਰੇਕ ਨੂੰ ਲਾਂਚ ਲਿਆ ਵਾ, ਜਿਹਨੂੰ ਮਰਜ਼ੀ ਲੈਣ ਚਲੋ, ਮੈਂ ਡਰਦਾ ਹਰੇਕ ਤੋਂ, ਮੈਂ ਤੇਰੇ ਤੋਂ ਡਰੀ ਜਾਂਦਾ, ਤੇਰੇ ਭਾਈ ਸਾਹਿਬ ਤੋਂ ਡਰਦ ਨੂੰ ਹਰੇਕ ਡਰ ਜੂੰਗਾ ਯਾਰ, ਹਰੇਕ ਨੇ ਆਪ ਇਹਨੂੰ ਕਿਹਾ ਬਾਬਾ ਦੀਪ ਸਿੰਘ ਬੰਦਾ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਤੁਰਦਾ। ਗੁੰਡਾਗਰਦੀ ਕਰਦੇ ਹੋ, ਦੂਜਿਆਂ ਨੂੰ ਕਿਉਂ ਕਹਿੰਦੇ ਟਕਸਾਲ ਗੁੰਡਾਗਰਦੀ ਕਰਦੇ, ਤੁਸੀਂ ਕਰੀ ਜਾਂਦੇ ਹੋ, ਇਹ ਗੁੰਡਾਗਰਦੀ ਹੈ ਸਪਸ਼ਟ, ਗੁੰਡਾਗਰਦੀ ਨੀ, ਭਾਈ ਸਾਹਿਬ ਚੀਕਾਂ ਮਾਰਦਾ ਸਟੇਜ ਤੇ, ਹਾਂ ਗੁੰਡਾਗਰਦੀ ਕਰਦੇ, ਹਾਏ ਗੁੰਡਾਗਰਦੀ ਕਰਦੇ ਆ, ਤੇ ਆਹ ਗੁੰਡਾਗਰਦੀ ਨੀ, ਮਤਲਬ ਸਪੈਸ਼ਲ ਭਾਈ ਸਾਹਿਬ ਨੇ ਆਖਿਆ ਨੂੰ ਚੁੱਪ ਕਰਾ, ਧਮਕੀ ਕੌਣ ਦਿੰਦਾ ਪਿਆ ਇਸ ਟਾਈਮ?
ਮੇਰੀ ਗੱਲ ਚ ਕੋਈ ਤੰਤ ਨਹੀਂ, ਮੈਂ ਮੰਨਦਾ। ਚਲੋ ਤੁਸੀਂ ਕਹਿੰਦੇ ਹੋ ਤੇ ਮੈਂ ਮੰਨਦਾ, ਤੇ ਤੁਹਾਨੂੰ ਡਰ ਕਿਸ ਗੱਲ ਦਾ? ਮੇਰੀ ਗੱਲ ਬੇਸੂਰੀ ਹੈ ਤੇ ਮੇਰੇ ਗੱਲ ਕਹਿਣ ਦਾ ਹੱਕ ਤਾਂ ਹੈਗਾ ਹੀ ਆ। ਤੂੰ ਏਦਾਂ ਕਰ, ਹਾਂ ਗਗਨਦੀਪ, ਤੂੰ ਬੰਦਾ ਬਣ ਜਾ, ਸੰਤਾਂ ਵਾਸਤੇ ਤੂੰ ਐਵੇਂ ਝੂਠੀਆਂ ਗੱਲਾਂ ਗੰਦੀਆਂ ਨਾ ਕਰ, ਤੇਰੇ ਛਿੱਤਰ ਪੈ ਜਾਣੇ ਆ। ਬੰਦਾ ਬਣ ਜਾ, ਤੈਨੂੰ ਚੈਲੰਜ ਕਰਦੇ ਆ, ਪਰ ਦੋ ਤਿੰਨ ਵਾਰਾਂ ਤੈਨੂੰ ਹੋਰ ਵਾਇਰਿੰਗ ਦਿੰਦੇ ਆ। ਜੇ ਇਸੇ ਤਰ੍ਹਾਂ ਮਹਾਂਪੁਰਸ਼ਾਂ ਵਾਸਤੇ ਬੋਲਿਆ ਦੁਆਰੇ, ਅਜੇ ਤਾਂ ਤੈਨੂੰ ਧਮਕੀਆਂ ਮਿਲਦੀਆਂ ਤੇ ਛਿੱਤਰ ਵੀ ਬਹੁਤ ਜ਼ਿਆਦਾ ਮਿਲਨੇ ਆ। ਛਿੱਤਰਾਂ ਦੀ ਤੇਰੇ ਤੋਂ ਗਿਣਤੀ ਨਹੀਂ ਹੋਣੀ, ਪਰ ਮੈਂ ਥੋੜੇ ਦਿਨਾਂ ਤਾਈਂ ਜਲਦੀ ਤੋਂ ਜਲਦੀ ਅਸੀਂ ਤੇਰੇ ਕੋਲ ਪਹੁੰਚਦੇ ਹਾਂ। ਮੇਰਾ ਨਾਮ ਤੂੰ ਜਾਣਦਾ ਹੀ ਹੈ, ਦੁਆਰੇ ਫਿਰ ਸੁਣ ਲਾ। ਕਮਲਜੀਤ ਸਿੰਘ, ਸ੍ਰੀ ਵਿਜੈ ਨਗਰ, ਪਿੰਡ 16 ਜੀਵੀ, ਔਰ ਤੇਰੇ ਕੋਲ ਪਹੁੰਚਣ ਦੀ ਦੇਰ ਹੁਣ ਕੋਈ ਨਹੀਂ ਹੈ, ਬਚ ਜਾ। ਔਰ ਜੇ ਤੂੰ ਇੰਨਾ ਮਾੜਾ ਚੰਗਾ ਬੋਲਿਆ ਤੇ ਆਣ ਕੇ ਮਹਾਂਪੁਰਸ਼ਾਂ ਕੋਲੋਂ ਮਾਫ਼ੀ ਮੰਗ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਚਾਹੁੰਦਾ ਤੂੰ ਓਏ? ਤੂੰ ਕੀ ਚਾਹੁੰਦਾ? ਤੂੰ ਫੋਨ ਕਰਦਾ, ਤੂੰ ਕਹਿੰਦਾ ਨਾ ਮੈਂ 23 ਤਰੀਕ ਨੂੰ ਆਊਂਗਾ, ਯੇ ਕਰ ਦੂੰਗਾ, ਵੋ ਕਰ। ਅਸੀਂ ਤਿੰਨ ਸਾਨੂੰ ਨਾ 23 ਤਰੀਕ ਤੱਕ ਪੰਜਾਬ ਚ ਕੰਮ ਹੈ, ਅਸੀਂ ਰਾਜਸਥਾਨ ਦੇ ਰਹਿਣ ਵਾਲੇ ਹਾਂ, ਠੀਕ। ਅਸੀਂ ਦੀਵਾਨ ਲਵਾਏ ਸੀ ਭਾਈ ਸਾਹਿਬ ਦੇ, ਠੀਕ ਹੈ। ਅਸੀਂ ਆ ਕੇ ਗੱਲ ਕਰਾਂਗੇ, ਅਸੀਂ ਏਦਾਂ ਫੋਨ ਤੇ ਗੱਲ ਨੀ ਕਰਨੀ, ਆ ਕੇ ਗੱਲ ਕਰਾਂਗੇ, ਠੀਕ ਹੈ। ਜਿੱਥੇ ਤੁਸੀਂ ਕੱਟ ਕੀਤਾ ਸੀ ਨਾ, ਮੇਰੀ ਗੱਲ ਸੁਣ, ਦੇਖ ਮੇਰੀ ਗੱਲ ਸੁਣ, ਮੇਰੇ ਨਾਲ ਬਹਿਸ ਨਾ ਕਰ। ਅਸੀਂ ਬਹੁਤ ਰੁੱਝੇ ਹੋਏ ਹਾਂ ਸ਼ਾਮ ਤੱਕ, ਅੱਜ ਅਸੀਂ 23 ਤਰੀਕ ਨੂੰ, ਫ੍ਰੀ ਹੋ ਜਾਣਾ। ਗੱਲਾਂ ਬਾਅਦ ਚ ਤੂੰ ਗਾਲਾਂ ਛੱਡ, ਲੱਤਾਂ ਤੋੜਾਂਗੇ, ਗਾਲਾਂ ਛੱਡ, ਲੱਤਾਂ ਤੋੜਾਂਗੇ। ਕਦੋਂ ਗਾਲਾਂ ਦੀਆਂ ਗੱਲਾਂ ਕਰਦਾ, ਲੱਤਾਂ ਤੋੜਾਂਗੇ, ਤੂੰ ਦੇਖੀ ਚੱਲ। ਕਦੋਂ ਤੈਨੂੰ ਵੀ ਸੱਦ ਲਾਂਗਾ ਮੈਂ ਟਰੇਸ ਕਰਕੇ, ਕਿਹਨੂੰ? ਹਾਂ ਤੂੰ ਚੁੱਪ ਕਰ, ਤੂੰ ਮੈਨੂੰ ਆ ਜਾਣ ਦੇ, ਅੱਜ ਅਸੀਂ ਬਿਜੀ ਹਾਂ, ਸਾਡਾ ਰੋਡ ਸ਼ੋਡ ਆਖਰੀ ਦਿਨ ਹੈ, ਅਸੀਂ 23 ਤਰੀਕ ਨੂੰ ਫ੍ਰੀ ਹੋ ਜਾਵਾਂਗੇ, ਰਾਜਸਥਾਨ ਦੇ ਰਹਿਣ। ਅਸੀਂ ਭਾਈ ਸਾਹਿਬ ਦੇ ਦੀਵਾਨ ਲਾਏ ਸੀ, ਹੁਣ ਫੇਰ ਲਵਾਵਾਂਗੇ ਜਿੱਥੇ ਮਾਂ। ਕੋਈ ਨੀ ਵੇਖ ਲਾਂਗੇ ਫਿਰ, ਜੋ ਤੁਸੀਂ